ਜਸ ਪੰਜਾਬੀ ਦੇਖਣ ਵਾਲੇ ਅਤੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਪਿਆਰੇ ਪਿਆਰੇ ਪੰਜਾਬੀਆਂ ਨੂੰ ਮੇਰੇ ਵੱਲੋਂ ਹਮੇਸ਼ਾ ਦੀ ਤਰ੍ਹਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ, ਸਲਾਮ, ਹੈਲੋ ਹਾਏ ਅਤੇ ਨਾਂ ਦੀ ਨਾਲ ਬਹੁਤ ਬਹੁਤ ਨਿੱਘਾ ਸਵਾਗਤ ਅੱਜ ਦੇ ਇਸ ਲਾਈਵ ਸ਼ੋਅ ਦੇ ਵਿੱਚ। ਅੱਜ ਦਾ ਲਾਈਵ ਸ਼ੋਅ ਖਾਸ ਤੌਰ 'ਤੇ ਜਿਹੜਾ ਤੁਸੀਂ ਦੇਖਦੇ ਹੋ, ਸੋਮਵਾਰ ਵਾਲੇ ਦਿਨ ਦੁਪਹਿਰੇ 2 ਵਜੇ ਪੈਸੀਫਿਕ ਟਾਈਮ ਲਾਈਵ ਹੁੰਦਾ ਅਤੇ ਰਾਤੀ 9 ਵਜੇ ਸਾਡੇ ਦਰਸ਼ਕ ਦੇਖਦੇ ਨੇ, ਉਸ ਵੇਲੇ ਰਿਪੀਟ ਹੁੰਦਾ। ਸੋ ਤੁਸੀਂ ਕੋਈ ਵੀ ਗੱਲ ਕਰਨੀ ਹੋਵੇ ਉਹਦੇ ਵਾਸਤੇ ਫਿਰ ਅਸੀਂ ਡਾਇਰੈਕਟ ਜਿਹੜਾ ਨੰਬਰ ਹੈਗਾ ਮੋਹਨ ਸਿੰਘ ਚੀਮਾ ਜੀ ਦਾ, ਉਹਨਾਂ ਦਾ ਨੰਬਰ ਸਕਰੀਨ 'ਤੇ ਆਉਂਦਾ ਹੁੰਦਾ, ਜਾਂ ਫਿਰ ਬਹੁਤ ਸਾਰੇ ਦਰਸ਼ਕ ਮੇਰੇ ਕੋਲੋਂ ਵੀ ਨੰਬਰ ਫੋਨ ਕਰਕੇ ਲੈ ਲੈਂਦੇ, ਮੈਂ ਉਹਨਾਂ ਨੂੰ ਦੱਸ ਦਿੰਦਾ ਹੁੰਦਾ। ਸੋ ਇਸ ਵੇਲੇ ਪ੍ਰੋਗਰਾਮ ਜਿਹੜਾ ਹੁੰਦਾ ਜੀ, ਮੋਰਗੇਜ ਐਡਵਾਈਜ਼ ਵਿਦ ਮੋਹਨ ਸਿੰਘ ਚੀਮਾ ਜੀ, ਜ਼ੈਂਡਰ ਮੋਰਗੇਜ ਐਂਡ ਰੀਅਲ ਅਸਟੇਟ, ਇਹਨਾਂ ਨਾਲ ਗੱਲ ਕਰੀਦੀ ਹੈ। ਬਹੁਤ ਹੀ ਵਧੀਆ ਜਾਣਕਾਰੀ ਹੁੰਦੀ ਹੈ, ਬਹੁਤ ਹੀ ਫਾਇਦੇਮੰਦ ਜਾਣਕਾਰੀ ਹੁੰਦੀ ਹੈ, ਅਤੇ ਬਹੁਤ ਸਾਡੇ ਪੰਜਾਬੀਆਂ ਦੀ ਖਾਸ ਤੌਰ 'ਤੇ ਗੱਲ ਕਰੀਏ ਤਾਂ ਉਹਨਾਂ ਦੇ ਲਈ ਲਾਹੇਵੰਦ ਸਾਬਤ ਹੋਣ ਵਾਲੀ ਜਾਣਕਾਰੀ ਹੁੰਦੀ ਹੈ। ਮੋਹਨ ਸਿੰਘ ਚੀਮਾ ਜੀ ਸਾਨੂੰ ਦਿੰਦੇ ਨੇ, ਅੱਜ ਵੀ ਸਾਡੇ ਨਾਲ ਫੋਨ ਲਾਈਨ 'ਤੇ ਜੁੜੇ ਹੋਏ ਨੇ। ਮੋਹਨ ਸਿੰਘ ਚੀਮਾ ਜੀ, ਤੁਹਾਡਾ ਕੋਈ ਸਵਾਲ ਹੋਵੇ ਤੁਸੀਂ ਕਰ ਸਕਦੇ ਹੋ, ਉਹਨਾਂ ਨੂੰ ਸਕਰੀਨ 'ਤੇ ਨੰਬਰ ਆ ਰਿਹਾ ਉੱਤੇ ਕਰ ਸਕਦੇ ਹੋ, ਜਾਂ ਫਿਰ ਸਟੂਡੀਓ ਵਾਲੇ ਨੰਬਰ 'ਤੇ ਵੀ ਕਰ ਸਕਦੇ ਹੋ, ਪਰ ਜਵਾਬ ਜਿਹੜਾ ਤੁਹਾਨੂੰ ਉਹ ਟੀ ਵੀ 'ਤੇ ਹੀ ਸੁਣਨਾ ਪਏਗਾ। ਸੋ ਗੱਲ ਕਰਦੇ ਹਾਂ ਜੀ ਮੋਹਨ ਸਿੰਘ ਚੀਮਾ ਜੀ ਨਾਲ, ਅਤੇ ਉਹਨਾਂ ਕੋਲੋਂ ਜਾਣਦੇ ਹਾਂ ਅੱਜ ਦੀ ਕੋਈ ਤਾਜ਼ਾ ਖਬਰਸਾਰ ਮੋਰਗੇਜ ਦੀ ਜਾਂ ਫਿਰ ਰੀਅਲ ਅਸਟੇਟ ਦੀ। ਮੋਹਨ ਸਿੰਘ ਚੀਮਾ ਭਾਅ ਜੀ, ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਤੁਹਾਡਾ ਅਤੇ ਥੈਂਕ ਯੂ। ਹਾਂਜੀ ਹਾਂਜੀ ਜੱਗੀ ਭਾਅ ਜੀ, ਤੁਹਾਡਾ ਪਹਿਲਾਂ ਬਹੁਤ ਬਹੁਤ ਤੁਹਾਨੂੰ ਕਰਦਾ, ਅਤੇ ਮੈਂ ਨਾਲੇ ਸਭ ਦਰਸ਼ਕਾਂ ਨੂੰ ਪਿਆਰ ਭਾਈ ਸਤਿ ਸ਼੍ਰੀ ਅਕਾਲ ਬੋਲਣਾ ਜੀ, ਥੈਂਕ ਯੂ ਫੋਰ ਹੈਵਿੰਗ ਮੀ ਔਨ ਯੋਰ ਸ਼ੋਅ ਜੀ। ਜੀ, ਅਤੇ ਨਾਲ ਦੀ ਨਾਲ ਆਪਣਾ ਦੱਸ ਦਿਓ ਜੀ, ਆਪਣੀ ਜਿਹੜੀ ਆਪਣੀ ਜ਼ਰੂਰੀ ਹੈਗੀ, ਕਹਿੰਦੇ ਸ਼ਾਇਦ ਸਟੇਟ ਦੀ ਇਹ ਲਾਅ ਹੈਗਾ ਡੀ ਆਰ ਈ ਜਾਂ ਇਹਨਾਂ ਦਾ ਐਨ ਐਮ ਐਲ ਐਸ ਆਈ ਡੀ। ਹਾਂਜੀ ਹਾਂਜੀ ਹਾਂਜੀ, ਦੇਖੋ ਜਿਹੜੀ ਸਾਡੀ ਲੋਨ ਦੀ ਆਈ ਡੀ ਹੈਗੀ ਹੈ ਜ਼ੈਂਡਰ ਮੋਰਗੇਜ ਨਾਲ, ਉਹ ਹੈਗੀ ਹੈ ਜੀ ਐਨ ਐਮ ਐਲ ਐਸ ਆਈ ਡੀ ਨੰਬਰ 698952। ਜਿਹੜੀ ਸਾਡੀ ਰੀਅਲ ਅਸਟੇਟ ਨਾਲ ਜੁੜੀ ਆਈ ਡੀ ਜ਼ੈਂਡਰ ਰੀਅਲ ਅਸਟੇਟ ਨਾਲ ਜੁੜਦੀ ਹੈਗੀ ਹੈ ਜੀ, ਉਹ ਹੈਗੀ ਹੈ ਡੀ ਆਰ ਈ ਨੰਬਰ 02067197 ਜੀ। ਵਾਹ ਜੀ ਵਾਹ, ਚਲੋ ਬਹੁਤ ਚੰਗੀ ਗੱਲ ਹੈ ਜੀ। ਅਤੇ ਉੱਦਾਂ ਓਵਰਆਲ ਦੇਖੀਏ ਜੀ, ਅਸੀਂ ਹੁਣ ਸਾਡਾ ਵੀ ਫੇਰਾ ਤੋਰਾ ਕਾਫੀ ਰਹਿੰਦਾ, ਅਤੇ ਮੌਸਮ ਦੇ ਵਿੱਚ ਥੋੜ੍ਹੀ ਤਬਦੀਲੀ ਆਈ ਹੈ ਕੈਲੀਫੋਰਨੀਆ ਦੇ ਵਿੱਚ, ਅਤੇ ਕੀ ਰੀਅਲ ਅਸਟੇਟ ਦੀ ਜਾਂ ਮੋਰਗੇਜ ਦੀ ਵੀ ਕੋਈ ਤਬਦੀਲੀ ਆਈ ਹੈ ਜੀ ਮੌਸਮ ਦੇ ਵਿੱਚ, ਜਾਂ ਉਸੇ ਤਰ੍ਹਾਂ ਗਰਮੀਆਂ ਅਤੇ ਸਰਗਰਮੀਆਂ ਚੱਲ ਰਹੀਆਂ ਨੇ ਜੀ? ਹੈਲੋ, ਸ਼ਾਇਦ ਫੋਨ ਕੱਟ ਗਿਆ ਜੀ, ਅਤੇ ਫੋਨ ਅਸੀਂ ਦੁਬਾਰਾ ਮਿਲਾ ਲੈਂਦੇ ਹਾਂ ਮੋਹਨ ਸਿੰਘ ਚੀਮਾ ਜੀ ਦਾ, ਅਤੇ ਗੱਲ ਸ਼ੁਰੂ ਹੋ ਗਈ ਸੀ ਅਤੇ ਨਾਲ ਦੀ ਨਾਲ ਫੋਨ ਕੱਟ ਗਿਆ। ਚਲੋ ਕੋਈ ਗੱਲ ਨਹੀਂ, ਆਪਣਾ ਇੱਕ ਮਿੰਟ ਲੱਗਣਾ ਜੀ, ਨੰਬਰ ਮੈਨੂੰ ਮੂੰਹ ਜਵਾਨੀ ਉਹਨਾਂ ਦਾ ਯਾਦ ਹੈ, ਅਤੇ ਇਸ ਕਰਕੇ ਨਾਲ ਦੀ ਨਾਲ ਹੀ ਫੋਨ ਮਿਲਾ ਲੈਣਾ ਜੀ। ਅਤੇ ਸਾਡੇ ਜਿਹੜੇ ਦਰਸ਼ਕ ਨੇ ਉਹਨਾਂ ਨੂੰ ਮੈਂ ਬੇਨਤੀ ਕਰਦਾ ਜੀ, ਮੋਹਨ ਸਿੰਘ ਚੀਮਾ ਜੀ ਬਹੁਤ ਵਧੀਆ ਐਡਵਾਈਸ ਨਾਲ ਦਿੰਦੇ ਨੇ, ਟੀ ਵੀ 'ਤੇ ਇਹਨਾਂ ਦਾ ਨੰਬਰ ਆ ਰਿਹਾ 505-25-75, ਇੱਥੇ ਕਿਤੇ ਵੀ ਸੰਪਰਕ ਕਰਕੇ ਉਹਨਾਂ ਨੂੰ ਗੱਲ ਕਰ ਸਕਦੇ ਨੇ ਸਾਡੇ ਦਰਸ਼ਕ, ਕੋਈ ਵੀ ਜਾਣਕਾਰੀ ਮੋਰਗੇਜ ਦੀ ਚਾਹੁੰਦੇ ਨੇ ਜਾਂ ਫਿਰ ਕੋਈ ਵੀ ਜਾਣਕਾਰੀ ਜਿਹੜੀ ਹੈਗੀ ਆ ਰੀਅਲ ਅਸਟੇਟ ਦੀ ਜਾਣਕਾਰੀ ਜਿਹੜੀ ਹੈ ਮੋਹਨ ਸਿੰਘ ਚੀਮਾ ਜੀ ਕੋਲ ਚਾਹੁੰਦੇ ਨੇ, ਤਾਂ ਜ਼ਰੂਰ ਉਹ ਗੱਲ ਕਰ ਸਕਦੇ ਨੇ। ਦੁਬਾਰਾ ਫਿਰ ਉਹਨਾਂ ਨੂੰ ਫੋਨ ਮਿਲਾਇਆ ਜੀ, ਫੋਨ ਕੱਟ ਗਿਆ ਸੀ ਭਾਅ ਜੀ। ਹਾਂਜੀ ਹਾਂਜੀ, ਸੋਰੀ ਜੀ। ਹਾਂਜੀ, ਸੋ ਜਿਵੇਂ ਤੁਸੀਂ ਕਹਿ ਰਹੇ ਸੀ ਵੀ ਜਿਵੇਂ ਮੌਸਮ ਵੀ ਤਬਦੀਲ ਹੁੰਦਾ, ਚੀਜ਼ਾਂ ਵੀ ਤਬਦੀਲ ਹੁੰਦੀਆਂ ਸੀ, ਤੁਸੀਂ ਕੁਛ ਕਹਿ ਰਹੇ ਸੀ ਵਿੱਚ ਗੱਲ। ਮੈਂ ਕਿਹਾ ਜੀ ਮੌਸਮ ਜਿਵੇਂ ਤਬਦੀਲ ਹੋ ਰਿਹਾ, ਔਰ ਥੋੜ੍ਹਾ ਥੋੜ੍ਹਾ ਗਰਮੀਆਂ ਘੱਟ ਗਈਆਂ ਕੈਲੀਫੋਰਨੀਆ ਦੇ ਵਿੱਚ, ਅਤੇ ਰੀਅਲ ਅਸਟੇਟ ਦੀ ਜਾਂ ਮੋਰਗੇਜ ਦੀ ਗੱਲ ਕਰੀਏ, ਇਹ ਵੀ ਗਰਮੀਆਂ ਉਨੀਆਂ ਹੀ ਗਰਮੀਆਂ ਸਰਗਰਮੀਆਂ ਹੈਗੀਆਂ, ਜੇ ਇਹਦੇ 'ਚ ਵੀ ਥੋੜ੍ਹੀ ਬਹੁਤ ਠੰਡ ਪਈ ਆ? ਹਾਂਜੀ, ਦੇਖੋ ਥੋੜ੍ਹੀਆਂ ਬੋਲੀਆਂ ਚੀਜ਼ਾਂ ਜਿਹੜੀਆਂ ਚੇਂਜਿਸ ਸਾਨੂੰ ਹੁਣ ਨਜ਼ਰ ਆਉਣੀਆਂ, ਕਹਿ ਲਓ ਵੀ ਸ਼ੁਰੂ ਹੋ ਗਈਆਂ। ਇੱਕ ਤਾਂ ਕਹਿ ਲਓ ਵੀ ਜਿਹੜੇ ਘੱਟ ਵਿਆਜ ਸੀਗੇ, ਅਸੀਂ ਬੜੀ ਚਿਰਾਂ ਤੋਂ ਕਹਿ ਰਹੇ ਸੀ ਵੀ ਇੱਦਾਂ ਕਰਾ ਲਓ, ਇਹ ਹੁਣ ਥੋੜ੍ਹਾ ਬਹੁਤਾ ਜਿਹੜੀਆਂ ਪਿੱਛੇ ਜੀ ਅਨਾਊਂਸਮੈਂਟ ਕੀਤੀ ਸੀ ਫੈਡਰਲ ਗਵਰਨਮੈਂਟ ਨੇ, ਜਰੋਮ ਪੋਲ ਨੇ ਵੀ, ਉਹਨਾਂ ਨੇ ਜਿਹੜੀਆਂ ਕਹਿ ਲਓ ਵੀ ਜਿਹੜੀ ਫੈਡਰਲ ਦੀ ਇਨਵੋਲਵਮੈਂਟ ਸੀਗੀ, ਉਹ ਪੈਸਾ ਬਹੁਤ ਲਾ ਰਹੇ ਸੀ ਨਾ ਮੋਰਗੇਜ ਇੰਡਸਟਰੀ ਦੇ ਵਿੱਚ, ਬੌਂਡ ਬਾਇੰਗ ਕਹਿ ਲਓ ਪੈਸਾ ਬਹੁਤ ਲਾ ਰਹੇ ਸੀ, ਉਹਨਾਂ ਨੇ ਹੁਣ ਉਹ ਘਟਾਉਣਾ ਸ਼ੁਰੂ ਕਰ ਦੇਣਾ, ਕਿਉਂਕਿ ਉਹ ਕਹਿ ਲਓ ਵੀ ਮਹਿੰਗਾਈ ਨੂੰ ਕੰਟਰੋਲ ਕਰਨਾ ਚਾਹੁੰਦੇ ਨੇ, ਇੰਨਾ ਪੈਸਾ ਨਹੀਂ ਦੇਣਾ, ਕਿਉਂਕਿ ਇੰਨਾ ਪੈਸਾ ਜਦੋਂ ਆ ਜਾਂਦਾ ਨਾ ਮਾਰਕੀਟ ਦੇ ਵਿੱਚ, ਹਾਂਜੀ, ਤੇ ਫਿਰ ਹਰ ਇੱਕ ਬੰਦਾ ਚੀਜ਼ ਮਹਿੰਗੀ ਲੈ ਕੇ ਰਾਜੀ ਹੋ ਜਾਂਦਾ, ਕਹਿੰਦਾ ਕੋਈ ਨੀ ਪੈਸੇ ਤੇ ਆਣ ਦੇ, ਚਾਰਾ ਪਾ ਲੈਂਦੇ, ਆ ਵੀ ਲੈਂਦੇ, ਆ ਵੀ ਲੈਂਦੇ, ਉਹਦੇ ਨਾਲ ਫਿਰ ਮਹਿੰਗਾਈ ਬੜੀ ਵੱਧ ਜਾਂਦੀ ਹੈ। ਮਹਿੰਗਾਈ ਜਦੋਂ ਬਹੁਤੀ ਵੱਧ ਜਾਂਦੀ ਹੈ, ਫਿਰ ਆਮ ਬੰਦੇ ਵਾਸਤੇ ਮੁਸ਼ਕਲ ਹੋ ਜਾਂਦੀ ਹੈ ਕਈ ਵਾਰੀ ਨਾ ਕਰ ਲੈਣਾ। ਸੋ ਇਸ ਨੂੰ ਕੰਟਰੋਲ ਕਰਨਾ ਚਾਹੁੰਦੇ, ਫਿਰ ਜਿਹੜੇ ਵਿਆਜ ਹੈਗੇ ਨਾ ਭਾਜੀ, ਜੀ ਹੁਣ ਦੇਖੋ ਤੁਸੀਂ ਨੈਕਸਟ 3-4-6 ਮੰਥ ਵਿੱਚ ਨਾ ਤੁਹਾਨੂੰ ਥੋੜੇ ਬਹੁਤੇ ਨਜ਼ਰ ਆਉਣਗੇ ਕਿ ਇਹ ਵਿਆਜ ਜਿਹੜੇ ਹੈਗੇ ਆ ਇਹ ਸ਼ਾਇਦ ਉੱਪਰ ਆਉਣ ਦੀ ਸੰਭਾਵਨਾ ਬਣ ਜੂਗੀ। ਜਦੋਂ ਇਹ ਉੱਪਰ ਨੂੰ ਜਾਂਦੇ ਆ, ਫਿਰ ਕਹਿ ਲਓ ਵੀ ਜਿਹੜੀ ਘਰਾਂ ਦੇ ਵਿੱਚ ਪ੍ਰਾਈਸਿਸ ਦੇ ਵਿੱਚ ਥੋੜ੍ਹੀ ਬਹੁਤੀ ਨਵੀਂ ਉਹ ਦੇਖਣ ਸਾਨੂੰ ਆਊਗੀ। ਸੋ ਇਸ ਵੇਲੇ ਬੜਾ ਇੰਟਰਸਟਿੰਗ ਟਾਈਮ ਹੈਗਾ, ਹੁਣ ਦੇਖੋ ਕਿ ਬੰਦਾ ਪਰ ਲੱਗਦਾ ਵੀ ਵਿਆਜ ਜਿਹੜੇ ਹੈਗੇ ਆ ਹੁਣ ਥੋੜ੍ਹੇ ਬਹੁਤੇ ਉਹ ਵਧਣੇ ਸ਼ੁਰੂ ਹੋ ਜਾਣਗੇ। ਅਤੇ ਇਹ ਪਿਛਲੇ ਦਿਨਾਂ ਦੀ ਅਗਰ ਗੱਲ ਕਰੀਏ ਤਾਂ ਵੈਸੇ ਤਾਂ ਲੋਕਾਂ ਨੇ ਘਰ ਲੈਣ ਵਾਲੇ ਨੇ ਹੱਦ ਹੀ ਕਰਤੀ, ਔਰ
ਦੇਖਦੇ ਨਹੀਂ ਉੱਪਰ ਕਿੰਨੀ ਇਹਦੀ ਕੀਮਤ ਹੈ ਅਤੇ ਕਿੰਨਾ ਕੁ ਲੋਕ ਉੱਪਰ ਮੰਗ ਰਹੇ ਨੇ। ਇਹ ਲਗਭਗ ਡੇਢੇ ਰੇਟ ਜੇ 5 ਲੱਖ ਦਾ ਘਰ ਤਾਂ 7.5 ਲੱਖ ਤੱਕ ਲੋਕ ਉਹਨੂੰ ਆਰਾਮ ਨਾਲ ਦੇਣ ਨੂੰ ਤਿਆਰ ਹੋ ਜਾਂਦੇ ਅਤੇ ਉਹ ਵੀ ਮੇਰੇ ਖਿਆਲ ਹੁਣ ਥੋੜ੍ਹਾ ਬਹੁਤ ਫਰਕ ਪਿਆ ਜੀ, ਘਟਿਆ ਕੰਮ ਜੇ ਲੋਕ ਪੈਸੇ ਹੀ ਬਹੁਤ ਜ਼ਿਆਦਾ ਮੰਗਣ ਲੱਗ ਪਏ ਤਾਂ ਫਿਰ ਗਾਹਕ ਵੀ ਘਟਿਆ ਹੋਏਗਾ। ਹਾਂਜੀ ਬਿਲਕੁਲ ਜੀ, ਇਸ ਵੇਲੇ ਬਿਲਕੁਲ ਤੁਹਾਡੀ ਸਹੀ ਗੱਲ ਹੈਗੀ ਜੱਗੀ ਭਾਜੀ ਕਿ ਵਾਕਈ ਜਿਹੜੇ ਵੀ ਸਾਡੇ ਕਹਿ ਲਓ ਵੀ ਕਲਾਇੰਟਸ ਹੈਗੇ ਆ, ਜਿਹੜੇ ਵੀ ਸਾਡੇ ਜਾਣਕਾਰ ਹੈਗੇ, ਜਦੋਂ ਵੇਚਣ ਦੇ ਬਾਰੇ ਗੱਲ ਕਰਦੇ ਨਾ ਤੇ ਜੇ ਆਪਾਂ ਉਹਨੂੰ ਕਹੀਏ ਵੀ ਤੁਹਾਡੇ ਘਰ ਦੀ ਵੈਲਿਊ 6 ਲੱਖ ਹੈਗੀ, ਇਸ ਤੋਂ ਵੱਧ ਨਾ ਲਾਓ, ਉਹ ਕਹਿੰਦੇ ਜੀ 7 ਲੱਖ ਤੇ ਲਾ ਦਿਓ। ਹੁਣ ਅਸੀਂ ਜੋ ਸਾਨੂੰ ਜਿਹੜਾ ਸੈਂਸ ਮਿਲਿਆ ਅਸੀਂ ਆਪਣੇ ਹਿਸਾਬ ਨਾਲ ਕਹਿ ਦਿੰਦੇ ਹਾਂ, ਹੁਣ ਕਈ ਘਰ ਲੱਗੇ ਜਿਹੜੇ ਮਾਰਕੀਟ 'ਚ 2-2 ਮਿੰਟ ਲੱਗੇ ਪਏ ਆ, ਉਹ ਤਾਂ ਲੱਗੇ ਪਏ ਆ ਵੀ ਪ੍ਰਾਈਸ ਵੀ ਇੰਨਾ ਜ਼ਿਆਦਾ ਮੰਗ ਲਓਗੇ ਤੇ ਬੈਂਕਾਂ ਨੇ ਕੋਈ ਲੋਨ ਨਹੀਂ ਦੇਣਾ, ਤੇ ਜਿਹੜੇ ਅੱਗੇ ਨੇ ਘਰ ਦੇ ਜਿਹੜੇ ਬੰਦੇ ਨਾਲ ਲੈਣ ਦਿਓ ਭਾਵੇਂ ਉਹ ਰੈਡੀ ਹੈਗਾ ਪਰ ਉਹ ਕੁਆਲੀਫਾਈ ਨਹੀਂ ਕਰਦਾ, ਬੈਂਕ ਨੇ ਲੋਨ ਨਹੀਂ ਦੇਣਾ ਤੇ ਬਾਕੀ ਕਿੱਥੋਂ ਲੈ ਕੇ ਆਏ ਪੈਸੇ ਉਹ। ਸੋ ਇਹ ਜਿਹੜੀ ਕਹਿ ਲਓ ਵੀ ਹੁਣ ਮਾਹੌਲ ਜਿਹੜਾ ਹੈਗਾ ਨਾ ਕਾਫੀ ਅੱਛਾ ਬਣਿਆ ਰਿਹਾ, ਕਾਫੀ ਟਾਈਮ ਤੋਂ ਬਣਿਆ ਰਿਹਾ, ਪਰ ਹੁਣ ਦੇਖੋ ਨੈਕਸਟ ਟਾਈਮ ਦੇ ਵਿੱਚ ਮੇਰਾ ਖਿਆਲ ਹੈਗਾ ਜੱਗੀ ਭਾਜੀ ਵੀ ਇਹ ਹੁਣ ਥੋੜ੍ਹਾ ਬਹੁਤ ਨਾ ਦੂਜੇ ਪਾਸੇ ਨੂੰ ਜਾਊਗਾ, ਥੋੜ੍ਹੀ ਬਹੁਤੀ ਐਡਜਸਟਮੈਂਟ ਕਰਨੀ ਪੈਣੀ ਹੈ ਕਿਉਂਕਿ ਇੰਨਾ ਵੀ ਹੁਣ ਨਾ ਕਹਿ ਲਓ ਵੀ ਹੁਣ ਗੁੱਡੀ ਚੜੀ ਉਹਦੇ ਬੁੱਲੇ ਦੇ ਭਾਅ ਲੱਗ ਗਈ, ਹੁਣ ਥੋੜ੍ਹਾ ਉਹਨੂੰ ਘਟਾਉਣਾ ਪਾਸੇ ਲੈਣੇ ਪੈਣੇ। ਫਰਕ ਤਾਂ ਪੈਂਦਾ ਹੀ ਹੈ ਜੀ। ਅੱਛਾ ਜਿਹੜਾ ਇਹ ਇੰਟਰਸਟ ਰੇਟ ਹੈਗਾ ਹਜੇ ਵੀ ਮਤਲਬ ਕਾਫੀ ਘੱਟ ਹੈਗਾ, ਫਿਰ ਇੰਟਰਸਟ ਰੇਟ ਕੁਦਰਤੀ ਗੱਲ ਆ ਵੱਧ ਜਾਏਗਾ, ਘਰਾਂ ਦੀ ਕੀਮਤ ਥੋੜ੍ਹੀ ਬਹੁਤ ਘਟਣੀ ਸ਼ੁਰੂ ਹੋ ਜਾਏਗੀ ਅਤੇ ਪਰ ਗੱਲ ਉੱਥੇ ਹੀ ਰਹੇਗੀ। ਪਰ ਜਿਹੜਾ ਇੰਟਰਸਟ ਰੇਟ ਘੱਟ ਹੈ ਅਤੇ ਜੇ ਇੰਟਰਸਟ ਰੇਟ 1% ਵੱਧ ਜਾਂਦਾ ਤਾਂ ਘਰਾਂ ਦੀ ਕੀਮਤ ਥੋੜ੍ਹੀ ਬਹੁਤ ਘੱਟ ਜਾਂਦੀ 40-50 ਹਜ਼ਾਰ, ਅਤੇ ਇਹਨਾਂ ਵਿੱਚ ਦੋਵਾਂ 'ਚ ਲਾਹੇਵੰਦ ਕਿਹੜਾ ਹੈ, ਇੰਟਰਸਟ ਰੇਟ ਘੱਟ ਲਾਹੇਵੰਦ ਆ ਜਾਂ ਕੀਮਤ ਘੱਟੀ ਲਾਹੇਵੰਦ? ਹਾਂਜੀ ਦੇਖੋ ਜਿਹੜੇ ਮੈਂ ਤਾਂ ਕਹਿੰਦਾ ਵੀ ਜਿਹੜਾ ਘਰਾਂ ਦੀਆਂ ਪ੍ਰਾਈਸਿਸ ਇੰਨੇ ਲਾਹੇਵੰਦ ਨਹੀਂ ਹੈਗੀਆਂ ਜਿੰਨਾ ਵਿਆਜ, ਦੇਖੋ ਵਿਆਜ ਜਦੋਂ ਵੱਧ ਨਾ ਤੇ ਇਹਦਾ ਮਤਲਬ ਵੀ ਇੱਕ ਜਿਹੜੀ ਫੈਮਿਲੀ ਪਹਿਲਾਂ ਕੁਆਲੀਫਾਈ ਕਰਦੀ ਸੀ ਉਹਨੂੰ ਉਹੀ ਓ ਘਰ ਉਹ ਵੱਡੀ ਪੇਮੈਂਟ 'ਚ ਮਿਲੂਗਾ, ਸ਼ਾਇਦ ਹੋ ਸਕਦਾ ਵੀ ਉਹ ਕੁਆਲੀਫਾਈ ਨਾ ਕਰਨ ਉਸ ਘਰ ਵਾਸਤੇ ਕਿਉਂਕਿ ਵਿਆਜ ਵੱਧ ਗਿਆ, ਨਾਲੇ ਜਦੋਂ ਵਿਆਜ ਵੱਧਦਾ ਇੰਨੇ ਅਗਲੇ 30 ਸਾਲ ਤੁਹਾਨੂੰ ਖਰਾਬ ਕਰਨਾ। ਹਾਂਜੀ ਤੇ ਕੀਮਤ ਘਟਣੀ ਇੱਕ ਵਾਰੀ ਹਨਾ, ਹਾਂ ਕੀਮਤ ਘਟਣੀ ਥੋੜ੍ਹੀ ਬਹੁਤੀ ਘੱਟ ਜੂਗੀ, ਨਜ਼ਾਰ ਨਹੀਂ ਕਰਨੀ। ਸੋ ਇਸ ਵੇਲੇ ਜਿਹੜੇ ਵੀ ਮੈਂ ਹਲੇ ਵੀ ਜੱਗੀ ਭਾਜੀ ਜਿਹੜਾ ਟਾਈਮ ਹੈਗਾ ਨਾ ਰੀਫਾਈਨਾਂਸ ਦਾ ਤੇ ਘਰ ਲੈਣ ਦਾ ਕੋਈ ਮਾੜਾ ਟਾਈਮ ਨਹੀਂ ਹੈਗਾ ਕਿਉਂਕਿ ਇਹ ਲੌਂਗ ਟਰਮ ਵਾਲੀ ਚੀਜ਼ਾਂ ਹੁੰਦੀਆਂ, ਯਾਨੀ ਕਿ ਕਿਸੇ ਨੇ 20 ਸਾਲ ਦੀ ਕਰਾਈ ਹੈ ਮੋਰਗੇਜ, ਕਿਸੇ ਨੇ 30 ਸਾਲ ਦੀ ਕਰਾਈ ਹੈ। ਸੋ ਜੇ ਘੱਟ ਵਿਆਜ ਤੇ ਮਿਲਦਾ ਤੇ ਇਹਨੂੰ ਕਰਾਉਣਾ, ਹਜੇ ਵੀ ਕਰਾਉਣਾ ਚਾਹੀਦਾ, ਜ਼ਿਆਦਾ ਵੇਟ ਨਾ ਕਰੋ ਹੁਣ। ਬਿਲਕੁਲ ਜੀ, ਰੀਫਾਈਨਾਂਸ ਵਾਲੇ ਹਜੇ ਕਾਫੀ ਲੋਕ ਹੈਗੇ ਨੇ ਪੈਂਡਿੰਗ ਜਿਹਨਾਂ ਨੇ ਕਰਵਾਇਆ ਨਹੀਂ ਸੀ, ਜਾਂ ਇਹ ਲੋਕਾਂ ਨੂੰ ਇਹ ਲੱਗਦਾ ਜੀ ਕਈਆਂ ਨੂੰ ਵੀ ਸਾਡਾ ਹੋਣਾ ਹੀ ਨਹੀਂ, ਉਹਨਾਂ ਨੂੰ ਇਹ ਤਾਂ ਚਾਹੀਦਾ ਘੱਟੋ ਘੱਟ ਕਾਲ ਕਰ ਲੈਣ ਇੱਕ ਵਾਰੀ। ਹਾਂਜੀ ਬਹੁਤ ਸਾਡੇ ਕੋਲ ਕਈ ਫਾਈਲਾਂ ਆਉਂਦੀਆਂ, ਮੈਂ ਤਾਂ ਕਈ ਇਹਨੂੰ ਜ਼ੋਰ ਜ਼ੋਰ ਪਾ ਕੇ ਕਹਿੰਦਾ ਜੀ ਆਪਣਾ ਚੈੱਕ ਤੇ ਕਰਾ ਲਓ, ਕਈ ਕਹਿੰਦੇ ਭਾਈ ਸਾਨੂੰ ਚੰਗਾ ਕਹਿ ਦਿੱਤਾ ਅਸੀਂ ਚੈੱਕ ਕਰਾ, ਸਾਡਾ ਲੋਨ ਵੀ ਹੋ ਗਿਆ, ਅੱਛਾ ਸਾਨੂੰ ਤਾਂ ਪਤਾ ਵੀ ਨਹੀਂ ਚੱਲਿਆ ਵੀ ਸਾਡੀ ਪੇਮੈਂਟ ਇੰਨੀ ਘੱਟ ਗਈ, ਥੈਂਕ ਯੂ ਵੈਰੀ ਮੱਚ ਕਹਿ ਦਿੰਦੇ। ਪਰ ਦੇਖੋ ਲੋਨ ਨਹੀਂ ਹੋਣਾ ਇਹ ਅਸੀਂ ਤੁਹਾਨੂੰ ਦੱਸ ਸਕਦੇ ਹਾਂ, ਪਰ ਤੁਸੀਂ ਆਪ ਹੀ ਸੋਚੀ ਜਾਓ ਤੁਹਾਡਾ ਹੋਣਾ ਨਹੀਂ ਤਾਂ ਉਹ ਗੱਲ ਹੋਰ ਹੈਗੀ ਹੈ। ਪਲੀਜ਼ ਆਪਣੇ ਪੇਪਰ ਜ਼ਰੂਰ ਚੈੱਕ ਕਰੋ, ਹੋ ਸਕਦਾ ਜੇ ਤੁਹਾਨੂੰ ਕੋਈ ਸਹੀ ਰਾਹ ਦੱਸ ਦਈਏ, ਕੋਈ ਤਰੀਕਾ ਦੱਸ ਦਈਏ, ਜੇ ਹੁਣ ਨਹੀਂ ਤੁਹਾਨੂੰ 3-4 ਮਹੀਨੇ ਬਾਅਦ ਤਾਂ ਇੱਦਾਂ ਹੁੰਦਾ ਉਹ ਦੱਸ ਦਈਏ। ਸੋ ਇਹ ਕੰਮ ਸਾਡਾ ਛੱਡੋ, ਪਰ ਚੈੱਕ ਜ਼ਰੂਰ ਕਰਾਓ, ਇੱਕ ਵਾਰੀ ਕਾਲ ਕਰਕੇ ਪਤਾ ਜ਼ਰੂਰ ਕਰੋ ਜੀ। ਮੈਂ ਆਹ LAC 2-3 ਦਿਨ ਅਤੇ ਉੱਥੇ ਗੱਲ ਇੱਦਾਂ ਚੱਲੀ ਇੱਕ ਜਗ੍ਹਾ, ਤੋਂ ਉਹ ਕਹਿੰਦੇ ਨਹੀਂ ਜੀ ਮੇਰਾ ਤਾਂ ਕ੍ਰੈਡਿਟ ਸਕੋਰ ਬੜਾ ਘੱਟ ਹੈ, ਮੇਰਾ ਤਾਂ ਰੀਫਾਈਨੈਂਸ ਹੋਣਾ ਨਹੀਂ। ਅਤੇ ਮੈਂ ਕਿਹਾ ਵੀ ਤੁਸੀਂ ਫੋਨ ਕੀਤਾ ਕਿਸੇ ਨੂੰ, ਕਹਿੰਦੇ ਫੋਨ ਤਾਂ ਕਿਸੇ ਨੂੰ ਕੀਤਾ ਨਹੀਂ, ਮੈਂ ਫਿਰ ਤੁਹਾਡਾ ਨੰਬਰ ਤਾਂ, ਮੈਂ ਕਿਹਾ ਘੱਟੋ ਘੱਟ ਫੋਨ ਤਾਂ ਕਰ ਲਓ। ਜਿਹੜੇ ਲੋਕ ਇਹ ਸੋਚਦੇ ਨੇ ਜੀ ਮੇਰਾ ਤਾਂ ਹੋਣਾ ਹੀ ਨਹੀਂ, ਮੇਰਾ ਕ੍ਰੈਡਿਟ ਸਕੋਰ ਘੱਟ ਹੈ, ਅਤੇ ਉਹਨਾਂ ਵਾਸਤੇ ਕੀ ਸਲਾਹ ਹੈ ਜੀ? ਹਾਂਜੀ ਦੇਖੋ ਜੇ ਤੁਹਾਡਾ ਕ੍ਰੈਡਿਟ ਸਕੋਰ ਲੋ ਹੈਗਾ ਤੁਸੀਂ ਕਾਲ ਕਰਕੇ ਪਤਾ ਕਰ ਸਕਦੇ ਹੋ ਕਿਉਂ ਲੋ ਹੈਗਾ, ਅਸੀਂ ਚੈੱਕ ਕਰਕੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਤੁਹਾਨੂੰ ਕਿਹੜੇ ਕਿਹੜੇ ਸਟੈਪ ਲੈਣੇ ਪੈਣੇ ਤਾਂ ਕਿ ਤੁਹਾਡਾ ਕ੍ਰੈਡਿਟ ਸਕੋਰ ਵੀ ਠੀਕ ਹੋ ਜਾਵੇ ਥੋੜ੍ਹਾ ਬਹੁਤਾ। ਸੋ ਔਰ ਕਈ ਵਾਰੀ ਜੱਗੀ ਭਾਜੀ ਮਨ 'ਚ ਸ਼ੰਕਾ ਹੁੰਦੀ ਹੈ ਪਰ ਜਦੋਂ ਅਸੀਂ ਚੈੱਕ ਕਰੀਏ ਸਕੋਰ ਵੱਧ ਹੀ ਆ ਜਾਂਦੇ, ਇਹ ਵੀ ਦੇਖਿਆ ਸੀ ਕਈ ਵਾਰੀ, ਕਈਆਂ ਨੇ ਸਕੋਰ ਚੈੱਕ ਕਰਾਈ 6 ਮਹੀਨੇ ਮੈਂ ਸਾਲ ਪਹਿਲਾਂ, ਅੱਛਾ ਜੀ, ਤੇ ਉਸੇ ਹਿਸਾਬ ਨਾਲ ਬੈਠੇ ਉੱਥੇ ਹੜਿਆ ਸਕੋਰ ਉੱਥੇ ਹੜਿਆ ਹੁੰਦਾ, ਸਕੋਰ ਬਦਲਦਾ ਰਹਿੰਦਾ। ਕਈਆਂ ਦਾ ਹੁੰਦਾ ਵੀ ਸਾਡਾ ਸਕੋਰ ਬੜਾ ਵਧੀਆ ਜਦੋਂ ਚੈੱਕ ਕਰਨੇ ਘੱਟ ਆਉਂਦਾ, ਕਈਆਂ ਦਾ ਬੜਾ ਘੱਟ ਹੁੰਦਾ, ਉਹਨਾਂ ਉਮੀਦ ਉਹਨਾਂ ਦਾ ਵੱਧ ਆ ਜਾਂਦਾ ਜੀ। ਸੋ ਇਸ ਚੀਜ਼ ਦਾ ਪਤਾ ਚੈੱਕ ਕਰਾਓਗੇ, ਨਵਾਂ ਚੈੱਕ ਕਰਾਓ ਕਿ ਤੁਹਾਡੇ ਕਿੱਥੇ ਹੈਗਾ, ਤਾਂ ਉਹ ਤੋਂ ਬਾਅਦ ਚੱਲਦਾ। ਬਿਲਕੁਲ ਜੀ, ਐਵੇਂ ਡਰੀ ਜਾਓ ਜੀ ਮੈਨੂੰ ਆਹ ਬਿਮਾਰੀ ਤਾਂ ਬਿਮਾਰੀ ਹੋਵੇ ਨਾ। ਅੱਛਾ ਇੱਕ ਹੋਰ ਕੇਸ ਅਜੀਬ ਜਿਹਾ ਹੋਇਆ ਜੀ, ਇੱਥੇ ਪਿਛਲੇ 6 ਮਹੀਨੇ ਪਹਿਲਾਂ ਦੀ ਗੱਲ ਹੈ। ਬੰਦੇ ਦਾ ਕ੍ਰੈਡਿਟ ਸਕੋਰ 850 ਹੁੰਦਾ ਸ਼ੋ ਜੀ, ਪੂਰਾ ਜਿੰਨਾ ਫੁੱਲ ਹੁੰਦਾ, ਪਰ ਉਹਨੂੰ ਇੰਟਰਸਟ ਰੇਟ ਉਹਨੂੰ ਵੱਧ ਮਿਲਿਆ, ਇਹਦਾ ਕੀ ਕਾਰਨ ਹੋ ਸਕਦਾ ਵੀ ਇੰਟਰਸਟ ਰੇਟ ਉਹਨਾਂ ਘੱਟ ਨਹੀਂ ਮਿਲਿਆ ਜਿੰਨਾ? ਹਾਂਜੀ ਇਹਦੇ 1-2 ਕਾਰਨ ਹੋ ਸਕਦੇ ਵੀ ਜੀ, ਯਾਰ ਜੱਗੀ ਭਾਜੀ ਹੋ ਸਕਦਾ ਵੀ ਉਹਨਾਂ ਨੇ ਆਪਣੀ ਕਹਿ ਲਓ ਵੀ ਉਹਨਾਂ ਰੈਗੂਲਰ ਲੋਨ ਨਹੀਂ ਆਇਆ, ਹੋ ਸਕਦਾ ਵੀ ਉਹਨਾਂ ਨੇ ਇਨਕਮ ਨਹੀਂ ਚੰਗੀ ਦਿਖਾਈ ਹੋਵੇ, ਹੋ ਸਕਦਾ ਵੀ ਉਹ ਸੈਲਫ ਇੰਪਲੋਇਡ ਹੋ ਸਕਦੇ ਆ ਵੀ ਉਹਨਾਂ ਨੇ
ਜਿਵੇਂ ਕਹਿ ਲਓ ਵੀ ਟਰੱਕਿੰਗ ਦਾ ਬਿਜ਼ਨਸ ਹੁੰਦਾ ਵੀ ਖਰਚੇ ਤੇਲ ਦੇ ਇੰਨੇ ਪਾਤੇ, ਟੋਲਾਂ ਦੇ ਇੰਨੇ ਖਰਚੇ ਪਾਤੇ, ਟਾਇਰਾਂ ਦੇ ਖਰਚੇ ਪਾਤੇ, ਬਾਅਦ ਚ ਨੈਟ ਨਿਕਲ ਉਹਨਾਂ ਦਾ ਫਿਰ ਲੋਨ ਜਿਹੜਾ ਹੁੰਦਾ ਉਹ ਉਹਨੂੰ ਕਹਿੰਦੇ ਬੈਂਕ ਸਟੇਟਮੈਂਟ ਓਨਲੀ ਲੋਨ। ਉਹਦੇ ਵਿੱਚ ਤੁਹਾਨੂੰ ਉਹਨੇ ਇਨਕਮ ਟੈਕਸ ਰਿਟਰਨ ਦੇ ਪੇਪਰ ਨਹੀਂ ਦੇਖੇ ਅਤੇ ਉਹਦੇ ਵਿੱਚ ਉਹ ਤੁਹਾਨੂੰ ਵਿਆਜ ਜ਼ਿਆਦਾ ਰਹਿੰਦਾ ਪਰ ਲੋਨ ਫਿਰ ਵੀ ਮਿਲ ਜਾਂਦਾ। ਜੀ ਬਿਲਕੁਲ ਬਿਲਕੁਲ, ਤੁਹਾਡੀ ਗੱਲ ਦਰੁਸਤ ਆ, ਸੇਮ ਕੇਸ ਹੈਗਾ। ਸੋ ਇਸ ਕਰਕੇ ਅਸੀਂ ਜੇ ਗੱਲ ਕਰੀਏ ਹੋਮ ਲੋਨ ਸਸਤਾ ਮਿਲਣ ਦੀ ਜਾਂ ਰੀਫਾਈਨੈਂਸ ਕਰਾਉਣ ਦੀ, ਤਾਂ ਉਹਦੇ 'ਚ ਜ਼ਰੂਰੀ ਨਹੀਂ ਵੀ ਕ੍ਰੈਡਿਟ ਸਕੋਰ ਸਾਡਾ 800 ਤੋਂ ਉੱਤੇ ਆ ਤਾਂ ਸਾਨੂੰ ਅਸੀਂ ਬਹੁਤ ਸੌਖਾ ਹੋ ਜਾਣਾ, ਜਾਂ ਕ੍ਰੈਡਿਟ ਸਕੋਰ ਸਾਡਾ ਘੱਟ ਹੈ ਤਾਂ ਨਹੀਂ ਮਿਲਣਾ। ਇਸ ਕਰਕੇ ਇੱਕ ਵਾਰੀ ਪਤਾ ਜ਼ਰੂਰ ਕਰ ਲੈਣਾ ਚਾਹੀਦਾ। ਮੋਹਨ ਸਿੰਘ ਚੀਮਾ ਜੀ ਦਾ ਨੰਬਰ ਜਿਹੜਾ 509-905-2575 ਸਕਰੀਨ 'ਤੇ ਆ ਰਿਹਾ, ਹੋਰ ਵੀ ਕਾਫੀ ਸਾਰੇ ਇਹਨਾਂ ਦੇ ਨੰਬਰ ਆਉਂਦੇ ਨੇ ਅਲੱਗ ਅਲੱਗ, ਕਿਤੇ ਵੀ ਸੰਪਰਕ ਕਰਕੇ ਇਹਨਾਂ ਨੂੰ ਸੰਪਰਕ ਉਹ ਕਰ ਸਕਦੇ ਆ ਜੀ। ਅਤੇ ਅੱਛਾ ਜੀ, ਅਤੇ ਜਿਹੜੇ ਰੀਫਾਈਨੈਂਸ ਵਾਲਿਆਂ ਦੀ ਅਸੀਂ ਗੱਲ ਕਰੀਏ ਤਾਂ ਰੀਫਾਈਨੈਂਸ ਵਾਲੇ ਬਹੁਤ ਸਾਰੇ ਲੋਕ ਜਿਹੜੇ ਹੈਗੇ ਨੇ ਜਿਨ੍ਹਾਂ ਦੀ ਇਨਕਮ ਕੰਟੀਨਿਊ ਨਹੀਂ ਹੈਗੀ ਸੀਗੀ, ਉਹ ਕਰਵਾ ਸਕਦੇ ਨੇ? ਹਾਂਜੀ, ਇਹਦੇ ਵਿੱਚ ਨਾ ਹਾਂਜੀ ਹਾਂਜੀ ਇਹਦੇ ਵਿੱਚ ਵੀ ਜਗੀ ਭਾਈ ਦੇਖੋ ਰੀਜ਼ਨ ਦੱਸਣਾ ਪੈਂਦਾ ਵੀ ਇਨਕਮ ਕਿਉਂ ਘਟੀ ਹੈ। ਕਈ ਹੁੰਦਾ ਵੀ ਕੋਈ ਹੁਣ ਜਿਵੇਂ ਇੱਕ ਕੇਸ ਆਇਆ ਸੀ ਸਾਡੇ ਕੋਲ ਜਿਹਦੇ ਵਿੱਚ ਵਾਈਫ ਨਰਸ ਹੈਗੀ ਹੈ, ਹਸਬੈਂਡ ਟਰਕਿੰਗ 'ਚ ਹੈਗੇ ਆ, ਇਨਕਮ ਠੀਕ ਸੀਗੀ ਦੋਵਾਂ ਦੀ, ਮਿਲ ਕੇ ਲੋਨ ਬੜਾ ਸੌਖਾ ਹੁੰਦਾ ਸੀ, ਲੇਕਿਨ ਜਿਹੜੀ ਮਿਸਿਸ ਸੀਗੇ ਉਹਨਾਂ ਨੂੰ ਘਰ ਰਹਿਣਾ ਪੈ ਗਿਆ ਕਿਉਂਕਿ ਘਰ ਵਿੱਚ ਪੇਰੈਂਟਸ ਸੀਗੇ ਅਤੇ ਉਹ ਇਹ ਨਹੀਂ ਚਾਹੁੰਦੇ ਸੀ ਵੀ ਕੋਵਿਡ ਕਾਰਨ ਉਹਨਾਂ ਨੂੰ ਕੁਛ ਹੋ ਜਾਵੇ ਅਤੇ ਉਹਨਾਂ ਨੇ ਫਿਰ ਕਹਿ ਲਓ ਵੀ 3 ਮਹੀਨੇ ਛੁੱਟੀ ਲੈ ਲਈ, ਉਹ 3 ਮਹੀਨੇ ਦੀ ਛੁੱਟੀ ਲਈ ਤਾਂ ਇਨਕਮ ਘੱਟ ਗਈ। ਫਿਰ ਅਸੀਂ ਬੈਂਕ ਨੂੰ ਦੱਸਿਆ ਵੀ ਆਹ ਰੀਜ਼ਨ ਹੈਗਾ, ਕਹਿੰਦੇ ਕੋਈ ਨਹੀਂ ਜਦੋਂ ਵਾਪਸ ਚੱਲਣਗੇ ਜੋਬ ਦੇ ਵਿੱਚ ਸਾਨੂੰ ਦੱਸ ਦਿਓ। ਉਹ ਪਿਛਲੇ ਵੀਕ ਜਦੋਂ ਜੋਬ 'ਤੇ ਵਾਪਸ ਗਏ ਅਤੇ ਅਸੀਂ ਉਹਨਾਂ ਨੂੰ ਇੱਕ ਹਫ਼ਤੇ ਦਾ ਜਿਹੜਾ ਪੇ ਸਟਬ ਮਿਲਿਆ ਸੀਗਾ, ਜਦੋਂ ਪੇ ਸਟਬ ਜਦੋਂ ਬੈਂਕ ਤੋਂ ਵੈਰੀਫਾਈ ਕੀਤਾ ਵੀ ਜੇ ਕਹਿੰਦੇ ਹਾਂ ਤਾਂ ਇਹ ਵਾਪਸ ਆ ਗਏ ਜੋਬ 'ਤੇ, ਚਿੱਠੀ ਲਿਖੀ ਤਾਂ ਉਹਨਾਂ ਲੋਨ ਫਿਰ ਪਾਸ ਅੱਗੇ ਹੋ ਗਿਆ। ਸੋ ਬੜੇ ਬੜੇ ਤਰੀਕੇ ਹੈਗੇ ਆ ਜਗੀ ਭਾਜੀ ਲੋਨ ਦੇ ਵਿੱਚ ਨਾ, ਕਿਉਂਕਿ ਹੁਣ ਇੰਨੇ ਸਾਲਾਂ ਤੁਸੀਂ ਕਰਦੇ ਹਾਂ, ਅਸੀਂ ਤਕਰੀਬਨ ਇੰਨੇ ਕੇਸ ਦੇਖ ਚੁੱਕੇ ਵੀ ਸਾਨੂੰ ਹੋ ਜਾਂਦਾ ਵੀ ਇੱਕ ਪਾਸੋਂ ਜਿੱਥੋਂ ਨਾ ਹੋਈ ਹੈ ਵੀ ਕਿਉਂ ਹੋਈ ਹੈ ਨਾ ਜੀ, ਹਨਾ। ਜਿਵੇਂ ਕਹਿੰਦੇ ਵੀ ਇਲਾਜ ਜਿਹੜਾ ਕੀ ਹੈਗਾ ਬਿਮਾਰੀ ਦਾ ਸਾਨੂੰ ਪਤਾ, ਤੇ ਏਦਾਂ ਹੀ ਲੋਨਾਂ ਦੇ ਵਿੱਚ ਵੀ ਕਹਿ ਲਓ ਵੀ ਬੜੀਆਂ ਇਸ਼ੂ ਆ ਜਾਂਦੇ ਆ, ਅਸੀਂ ਇਸ਼ੂ ਤਾਂ ਦੇਖ ਲੈਂਦੇ ਹਾਂ ਪਰ ਅਸੀਂ ਕਹਿੰਦੇ ਹੁਣ ਇਸ਼ੂ ਨੂੰ ਸੋਲਵ ਕਿੱਦਾਂ ਕੀਤਾ, ਇਹਦਾ ਸੋਲੂਸ਼ਨ ਕੀ ਹੈਗਾ, ਉਹ ਸੋਲੂਸ਼ਨ ਲੱਭ ਕੇ ਉਹ ਲੱਭਣਾ ਉਹ ਸਾਡਾ ਕੰਮ ਹੈਗਾ। ਉਹ ਇਸੇ ਕਾਰਨ ਕਈ ਲੋਕਾਂ ਦੇ ਜਿਹੜੇ ਲੋਨ ਨਹੀਂ ਹੁੰਦੇ, ਕਈਆਂ ਦੇ ਲੋਨ ਚੱਲਦੇ ਹੁੰਦੇ ਆ, ਘਰ ਬੁੱਕ ਕਰਾਇਆ ਐਨ 6 ਮਹੀਨੇ ਆ ਗਏ ਲੱਗ ਜਾਂਦੀ, ਗੱਲ ਵੀ ਹੁੰਦਾ ਨਹੀਂ ਪਿਆ। ਉਹ ਵੀ ਕਲਾਇੰਟ ਦੇ ਸਾਡਾ ਕੋਈ ਪ੍ਰੋਗਰਾਮ ਸੁਣ ਰਹੇ ਨੇ, ਤੇ ਪਲੀਜ਼ ਸਾਨੂੰ ਕਾਲ ਕਰਕੇ ਆਪਣੇ ਜਿਹੜੀ ਵੀ ਤੁਹਾਡੀ ਮੁਸੀਬਤ ਹੈਗੀ ਹੈ ਸਾਡੇ ਨਾਲ ਡਿਸਕਸ ਕਰੋ, ਇਹਦਾ ਕੋਈ ਖਰਚਾ ਨਹੀਂ ਹੈਗਾ, ਸਲਾਹ ਫ੍ਰੀ ਦੇ ਦਿਓ, ਹੋ ਸਕਦਾ ਤੁਹਾਡਾ ਜਿਹੜਾ ਕੰਮ ਹੈ ਉਹ ਫਿਰ ਵੀ ਹੋ ਜਾਵੇ ਭਾਵੇਂ ਕਿਤੇ ਹੋਰ ਤੁਹਾਨੂੰ ਨਾ ਹੋਈ ਹੋਵੇ। ਜੀ ਬਿਲਕੁਲ, ਮੈਂ ਤਾਂ ਜੀ ਸ਼ੁਕਰ ਕਰਦਾ ਹੁੰਦਾ ਰੱਬ ਦਾ ਵੀ ਅਤੇ ਨਾਲ ਦੀ ਨਾਲ ਤੁਹਾਡਾ ਵੀ, ਜ਼ੈਂਡਰ ਮੌਰਗੇਜ ਦਾ ਵੀ ਬੜੇ ਟਾਈਮ ਸਿਰ ਅਤੇ ਬੜੇ ਵਧੀਆ ਤਰੀਕੇ ਨਾਲ ਮੈਨੂੰ ਘਰ ਜਿਹੜਾ ਮਿਲ ਗਿਆ, ਲੋਨ ਮਿਲ ਗਿਆ। ਅਤੇ ਮੈਂ ਇੱਕ ਚੀਜ਼ ਇਹਦੇ ਤੋਂ ਸਿੱਖੀ ਹੈ ਜੀ ਵੀ ਜੇ ਅਸੀਂ ਘਰ ਅਗਲੇ ਸਾਲ ਲੈਣ ਬਾਰੇ ਵੀ ਸੋਚ ਰਹੇ ਹਾਂ ਤਾਂ ਉਦੋਂ 6-7 ਮਹੀਨੇ 8 ਮਹੀਨੇ ਪਹਿਲਾਂ ਵੀ ਤੁਹਾਡੇ ਨਾਲ ਪਲਾਨ ਕਰ ਲੈਣ ਬੈਠ ਕੇ ਵੀ ਕਿਵੇਂ ਟੈਕਸ ਭਰਨਾ, ਕਿਵੇਂ ਕੁਛ ਕਰਨਾ, ਤੇ ਉਹ ਮੇਰੇ ਖਿਆਲ ਹੋਰ ਵੀ ਜ਼ਿਆਦਾ ਫਾਇਦੇਮੰਦ ਸਾਬਤ ਹੋ ਸਕਦਾ। ਹਾਂਜੀ ਜਗੀ ਭਾਈ, ਬੜੀ ਸਹੀ ਗੱਲ ਕਹੀ ਜਗੀ ਭਾਈ, ਦੇਖੋ ਜਿਹੜੀ ਪਲੈਨਿੰਗ ਹੈਗੀ ਹੈ ਨਾ ਉਹ ਹਰ ਚੀਜ਼ 'ਚ ਕੰਮ ਆ ਜਾਂਦੀ ਹੈ। ਤੁਸੀਂ ਕੋਈ ਵੀ ਚੀਜ਼ ਦੇਖੋ ਜਿਹੜੀ ਤੁਸੀਂ ਪਲੈਨਿੰਗ ਕਰਦੇ ਹੋ ਨਾ, ਕਿਉਂਕਿ ਪਲੈਨਿੰਗ ਵਿੱਚ ਹੁੰਦਾ ਤੁਹਾਡੇ ਕੋਲ ਟਾਈਮ ਹੁੰਦਾ, ਤੁਹਾਨੂੰ ਦੱਸ ਦਿਆ ਜਾਂਦਾ ਵੀ ਤੁਹਾਨੂੰ ਆਹ ਜਿਹੀ ਲੋੜ ਪੈਣੀ ਹੈ, ਆਹ ਤੁਹਾਡੀ ਇਨਕਮ ਚਾਹੀਦੀ ਹੈ, ਅਤੇ ਤੁਹਾਡੇ ਜੋ ਪ੍ਰੋਬਲਮ ਹੈ ਉਹ ਵੀ ਤੁਹਾਨੂੰ ਦੱਸਦੇ ਵੀ ਜਿੱਦਾਂ ਸੋਲਵ ਕਰਨੀ, ਇੰਨੇ ਕੁ ਪੈਸੇ ਤੁਹਾਨੂੰ ਡਾਊਨ ਪੇਮੈਂਟ ਦੇਣੀ ਪੈਣੀ ਹੈ। ਫਿਰ ਜਦੋਂ ਲੋਨ ਐਕਚੁਅਲੀ ਜਦੋਂ ਕਰਾਉਣਾ ਹੁੰਦਾ ਨਾ, ਫਿਰ ਬੜੀ ਉਹ ਸੌਖੇ ਤਰੀਕੇ ਨਾਲ ਹੋ ਜਾਂਦਾ। ਸੋ ਟ੍ਰੇਨਿੰਗ ਕਹਿ ਲਓ, ਟ੍ਰੇਨਿੰਗ ਕਰਦੇ ਤੁਹਾਨੂੰ ਜਾਂ ਕਹਿ ਲਓ ਵੀ ਪਲਾਨ ਜਿਹੜਾ ਕਰਨਾ ਇਹ ਜ਼ਰੂਰ ਕਰਾਉਣਾ ਚਾਹੀਦਾ, ਕਿਉਂਕਿ ਇਹਦੇ ਵਿੱਚ ਤੁਹਾਨੂੰ ਵੀ ਫਾਇਦਾ ਹੈਗਾ, ਤੁਹਾਡੀ ਟੈਨਸ਼ਨ ਘੱਟ ਜਾਂਦੀ ਹੈ, ਸਾਨੂੰ ਵੀ ਬੜਾ ਸੌਖਾ ਹੁੰਦਾ ਵੀ ਐਨ ਟਾਈਮ 'ਤੇ ਜਿਹੜੀ ਚੀਜ਼ ਚਾਹੀਦੀ ਹੈ ਸਾਡੇ ਕੋਲ ਹੈਗੇ, 2-4 ਮਹੀਨੇ ਚੀਜ਼ਾਂ ਲਿਆਉਂਦੇ ਅਸੀਂ ਲੈ ਕੇ, ਤੁਹਾਡਾ ਆਰਾਮ ਨਾਲ ਜਿਹੜਾ ਲੋਨ ਹੈਗਾ ਟਾਈਮ 'ਤੇ ਅਸੀਂ ਕਰ ਦਿੰਦੇ ਹਾਂ। ਬਿਲਕੁਲ ਜੀ, ਇੱਕ ਬ੍ਰੇਕ ਲੈਣੀ ਪਏਗੀ ਮੋਹਨ ਸਿੰਘ ਚੀਮਾ ਭਾਅ ਜੀ, ਆਪਾਂ ਨੂੰ ਉਸ ਤੋਂ ਬਾਅਦ ਫਿਰ ਅਸੀਂ ਇਸੇ ਤਰ੍ਹਾਂ ਥੋੜ੍ਹੀ ਦੇਰ ਵਾਸਤੇ ਹੋਰ ਗੱਲਾਂ ਕਰਾਂਗੇ, ਹੋਰ ਜਾਣਕਾਰੀ ਤੁਹਾਡੇ ਕੋਲ ਲੈਣ ਦੀ ਕੋਸ਼ਿਸ਼ ਕਰਾਂਗੇ। ਸਾਡੇ ਦਰਸ਼ਕ ਵੀ ਜਿਹੜੇ ਹੈਗੇ ਨੇ ਉਹ ਜੁੜੇ ਰਹਿਣ ਜੀ ਜਸ ਪੰਜਾਬੀ ਦੇ ਨਾਲ, ਥੋੜ੍ਹੀ ਦੇਰ ਵਾਸਤੇ ਹੋਰ ਅਸੀਂ ਸਾਡੇ ਜਿਹੜੇ ਸਵਾਲ ਦਰਸ਼ਕਾਂ ਦੇ ਹੁੰਦੇ ਨੇ ਆਮ ਤੌਰ 'ਤੇ ਉਹੀ ਅਸੀਂ ਸਵਾਲ ਇਹਨਾਂ ਨੂੰ ਕਰੀਦੇ ਆ, ਉਹਨਾਂ ਦੀ ਜਵਾਬ ਲੈਣ ਦੀ ਕੋਸ਼ਿਸ਼ ਕਰੀਦੀ ਹੈ ਜਿਹੜੇ ਕਿ ਸਾਡੇ ਜਨਰਲ ਕੰਮ ਆਉਣ ਵਾਲੀ ਚੀਜ਼ਾਂ ਹੈਗੀਆਂ। ਨੰਬਰ ਇਹਨਾਂ 900-509-905-2575 ਹੈਗਾ, ਅਤੇ ਬਾਕੀ ਮੇਰੇ ਕੋਲ ਵੀ ਨੰਬਰ ਲੈ ਸਕਦੇ। ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਫਿਰ ਥੋੜ੍ਹੀ ਦੇਰ ਵਾਸਤੇ ਗੱਲ ਕਰਾਂਗੇ, ਦੇਖਦੇ ਰਹੋ ਜਸ ਪੰਜਾਬੀ। ਹਾਜ਼ਰ ਜੀ, ਇੱਕ ਵਾਰ ਫਿਰ ਤੇ ਮੋਹਨ ਸਿੰਘ ਚੀਮਾ ਜੀ ਸਾਡੇ ਨਾਲ ਫੋਨ ਲਾਈਨ 'ਤੇ ਬਣੇ ਹੋਏ ਨੇ ਬਹੁਤ ਵਧੀਆ ਜਾਣਕਾਰੀ ਦੇਣ ਵਾਸਤੇ। ਤੁਸੀਂ ਵੀ ਇਹਨਾਂ ਨੂੰ ਡਾਇਰੈਕਟ ਕਾਲ ਵੀ ਕਰ ਸਕਦੇ ਹੋ ਇਹਨਾਂ ਦੇ ਆਫਿਸ ਦੇ ਵਿੱਚ, ਅਤੇ ਨਾਲ ਦੀ ਨਾਲ ਮੇਰੇ ਕੋਲ ਵੀ ਨੰਬਰ ਲੈ ਸਕਦੇ ਹੋ, ਉਹਨਾਂ ਨਾਲ ਜੁੜਦੇ ਹਾਂ ਜੀ ਅਤੇ ਫਿਰ ਜਾਣਦੇ ਹਾਂ ਹੋਰ ਜਾਣਕਾਰੀ। ਚੀਮਾ ਭਾਅ ਜੀ, ਇੱਕ ਵਾਰ ਫਿਰ ਸਵਾਗਤ ਹੈ ਜੀ, ਅਤੇ ਸਵਾਲ ਇੱਕ ਇਹ ਹੈ ਜੀ। ਹਾਂਜੀ ਹਾਂਜੀ, ਚਲੋ ਇੱਕ ਬਹੁਤ ਸਾਰੇ ਲੋਕ ਜਿਹੜੇ ਹੈਗੇ ਜੀ ਉਹ ਦੇਖੇ ਨੇ ਪਿਛਲੇ ਦਿਨਾਂ ਦੇ ਦੌਰਾਨ ਸਿਰਫ ਇਸ ਕਰਕੇ ਘਰ ਵੇਚ ਰਹੇ ਨੇ ਜੀ, ਹੁਣ ਰੇਟ ਬਹੁਤ ਜ਼ਿਆਦਾ ਮਿਲ ਰਹੇ ਨੇ, ਅਤੇ ਗਾਂਹ ਜਦੋਂ ਹਜੇ
ਹਾਂਜੀ ਹਾਂਜੀ ਦੇਖੋ ਹੋ ਕੀ ਰਿਹਾ ਕਿ ਜਿਨ੍ਹਾਂ ਦੇ ਘਰ ਦੇ ਵਿੱਚ ਬੜੀ ਸੋਹਣੀ ਐਕੁਇਟੀ ਬਣੀ ਹੋਈ ਹੈ ਉਹ ਇਹ ਚਾਹੁੰਦੇ ਨੇ ਕਿ ਘਰ ਦੇ ਵਿੱਚੋਂ ਦੀ ਪੈਸੇ ਚੱਕ ਕੇ ਜੇ ਤੇ ਵੱਡਾ ਕਰ ਲੈਣਾ ਅਪਗ੍ਰੇਡ ਕਰਾਉਣਾ ਆਪਣੇ ਆਪ ਨੂੰ ਕਹਿ ਲਓ ਵੀ ਥੋੜ੍ਹਾ ਹੋਰ ਰੂਮ ਚਾਹੀਦਾ ਜਾਂ ਕੋਈ ਹੋਰ ਲੋਕੇਸ਼ਨ ਚੇਂਜ ਕਰਨੀ ਹੈ ਤੇ ਉਹ ਇਸ ਸਮੇਂ ਕਹਿ ਲਓ ਵੀ ਕਿਉਂਕਿ ਚੰਗੇ ਪੈਸੇ ਮਿਲ ਰਹੇ ਨੇ ਉੱਤੋਂ ਵਿਆਜ ਬੜੇ ਘੱਟ ਨੇ ਤੇ ਉਹ ਆਪਣੇ ਆਪ ਨੂੰ ਕਹਿ ਲਓ ਵੀ ਅਪਗ੍ਰੇਡ ਕਰ ਰਹੇ ਨੇ ਬਹੁਤ ਜ਼ਿਆਦਾ ਤੇ ਇਹਦੇ ਵਿੱਚ ਕੋਈ ਮਾੜਾ ਗੱਲ ਨਹੀਂ ਉਹਨਾਂ ਵਾਸਤੇ ਬਿਲਕੁਲ ਠੀਕ ਟਾਈਮ ਹੈਗਾ ਕਿਉਂਕਿ ਸੈਲਰਸ ਦੀ ਮਾਰਕੀਟ ਹੈਗੀ ਹੈ ਬਾਇਰ ਬੜੇ ਹੈਗੇ ਆ ਤੁਹਾਨੂੰ ਘਰ ਦੀ ਪ੍ਰਾਈਸ ਸਹੀ ਤਰੀਕੇ ਨਾਲ ਮਿਲ ਸਕਦੀ ਹੈਗੀ ਹੈ ਇਸ ਵੇਲੇ ਤੇ ਕੁਛ ਇੱਕ ਕਲਾਇੰਟ ਦਾ ਇੱਕ ਹੋਰ ਵੀ ਨਜ਼ਰੀਆ ਹੈਗਾ ਉਹ ਇਹ ਹੈਗਾ ਵੀ ਜਿੰਨਾ ਕੋਲ ਪ੍ਰੋਪਰਟੀਆਂ ਹੁਣ 8-10 ਹੈਗੀਆਂ ਉਹਨਾਂ ਨੇ ਕੀ ਕਰਨਾ ਸ਼ੁਰੂ ਕਰਤਾ ਵੀ ਜਿਹੜੀਆਂ ਰੈਂਟਲ ਪ੍ਰੋਪਰਟੀਆਂ ਵੇਚ ਕੇ ਪੈਸੇ ਉਹਨਾਂ ਨੇ ਜਮ੍ਹਾਂ ਕਰ ਲਏ ਬੈਂਕ ਦੇ ਵਿੱਚ ਉਹਨਾਂ ਦੀ ਸੋਚ ਇਹ ਹੈਗੀ ਹੈ ਵੀ ਹੋ ਸਕਦਾ ਮਾਰਕੀਟ ਜੇ ਡਾਵਾਂ ਡੋਲ ਹੋ ਗਈ ਤਾਂ ਅਸੀਂ ਫਟਾਫਟ ਜਿਹੜੇ ਘਰ ਡਿੱਗਣਗੇ ਉਹ ਅਸੀਂ ਚੱਕਣ ਦੀ ਕੋਸ਼ਿਸ਼ ਕਰਾਂਗੇ ਭਾਵੇਂ ਕੈਸ਼ ਚਲਦੀ ਹੋਵੇ ਜਾਂ ਕਿੱਥੇ ਮਰਜ਼ੀ ਲਵੇ ਇਨਵੈਸਟਮੈਂਟ ਪਰਪਸ ਵਾਲੇ ਜਿਹੜੇ ਲੋਕ ਹਾਂਜੀ ਠੀਕ ਹੈ ਜੀ ਹਾਂਜੀ 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 ਸੋ ਹਾਂਜੀ ਤੋ ਹਰ ਤਰ੍ਹਾਂ ਦੇ ਜਿਹੜੇ ਕਲਾਇੰਟ ਆ ਉਹ ਆਪਣੀ ਆਪਣੀ ਤਿਆਰੀ 'ਚ ਬੈਠੇ ਹੈਗੇ ਆ ਇਹ ਗੱਲ ਜੱਗੀ ਭਾਜੀ ਜ਼ਰੂਰ ਹੈਗੀ ਹੈ ਵੀ ਕਾਫੀ ਟਾਈਮ ਤੋਂ ਨਾ ਹੁੰਦਾ ਇਹ ਹੈ ਕਿ ਹਰ 10-12 ਸਾਲ ਬਾਅਦ ਨਾ ਮਾਰਕੀਟ ਥੋੜ੍ਹੀ ਹਿੱਲ ਜਾਂਦੀ ਹੈ ਕਿਉਂਕਿ ਪ੍ਰਾਈਸ ਵਧੀ ਜਾਂਦੀਆਂ ਵਧੀ ਜਾਂਦੀਆਂ ਫਿਰ ਉਹ ਘੱਟ ਜਾਂਦੀਆਂ ਹੁਣ 12-13 ਸਾਲ ਹੋ ਗਏ ਉਹ ਖੁਦ ਵੀ ਕਹਿ ਲਓ ਕੋਵਿਡ ਦੇ ਸਿਨ ਜਿਹੜੇ 2-3 ਸਾਲ ਆ ਜਿਹੜੇ 2 ਸਾਲ ਤੋਂ ਹੋ ਚੱਲੇ ਜੇ ਜਿਹੜਾ ਕੋਵਿਡ ਸੀਗਾ ਇਹਨੇ ਵੀ ਸਾਰਾ ਰੌਲਾ ਪਾ ਕੇ ਨਾ ਮਾਰਕੀਟ ਨੂੰ ਵਧਾ ਦਿੱਤਾ ਸੋ ਇਸ ਵੇਲੇ ਹੁਣ ਟਾਈਮ ਬਹੁਤ ਜ਼ਿਆਦਾ ਉਹੋ ਜਿਹਾ ਵੀ ਆ ਚੁੱਕਿਆ ਹੈਗਾ ਵੀ ਜਿਹਦੇ ਵਿੱਚ ਕਹਿ ਲਓ ਵੀ ਹਰ ਇੱਕ ਬੰਦੇ ਨੂੰ ਪਤਾ ਯਾਰ ਪ੍ਰਾਈਸਾਂ ਘਟਦੀਆਂ ਬਹੁਤ ਜ਼ਿਆਦਾ ਹੈਗੀਆਂ ਲੇਕਿਨ ਵਿਆਜ ਘੱਟ ਸੀ ਪਰ ਹੁਣ ਜਿਹੜੀ ਵਿਆਜ ਦੀ ਅਸੀਂ ਗੱਲ ਕਰਨੇ ਪਏ ਜਿਵੇਂ ਹੁਣ ਦੀ ਸਰਕਾਰ ਦੀ ਪੋਲਿਸੀ ਹੈਗੀ ਆ ਸਰਕਾਰ ਵੀ ਚਾਹੁੰਦੀ ਹੈ ਵੀ ਹੁਣ ਇੰਨੀ ਦੇਰ ਰੱਖਣ ਦਾ ਕੀ ਫਾਇਦਾ ਹੈਗਾ ਵੀ ਇਹਨਾਂ ਵਧਾਓ ਥੋੜ੍ਹਾ ਜਦੋਂ ਇਹ ਵਧਣਗੇ ਤਾਂ ਫਿਰ ਥੋੜ੍ਹੀ ਬਹੁਤੀ ਮਾਰਕੀਟ ਹਿੱਲੂਗੀ ਹੁਣ ਦੇਖੋ ਕਿੱਥੋਂ ਤੱਕ ਹਿੱਲਦੀ ਹੈ ਇਹਦੇ ਸਮਾਂ ਹੀ ਦੱਸੂਗਾ ਪਰ ਬੰਦੇ ਤਿਆਰ ਬੈਠੇ ਜੀ ਪੈਸਾ ਪੂਸਾ ਲਾ ਕੇ ਰੈਡੀ ਹੈਗੇ ਆ ਵੀ ਜੇ ਕੋਈ ਮਾੜੀ ਵੀ ਮਾਰਕੀਟ ਦੇ ਥੋੜ੍ਹੀ ਬਹੁਤ ਹਿੱਲਦੀ ਹੈ ਤੇ ਉਹ ਪ੍ਰਾਪਰਟੀਆਂ ਚੱਕਣ ਨੂੰ ਤਿਆਰ ਬੈਠੇ ਨੇ ਨਾਲ ਨਾਲ ਵੱਡੇ ਵੱਡੇ ਬੈਂਕ ਤੇ ਹੈਜ ਫੰਡਸ ਤੇ ਫੋਰਨ ਇਨਵੈਸਟਰ ਉਹ ਵੀ ਬੜੀ ਦੇਰ ਤੋਂ ਇਸ ਚੀਜ਼ ਦੀ ਵੇਟ ਕਰ ਰਹੇ ਵੀ ਕਦੋਂ ਮਾਰਕੀਟ ਹਿੱਲੇ ਰਹੀ ਕਾਰ ਹੋਲਡ ਚੱਕੀ ਹੈ ਇਹਨਾਂ ਨੂੰ ਬਿਲਕੁਲ ਤੇ ਫਿਰ ਜਿਹੜੇ ਇਹ ਸੋਚ ਕੇ ਕਿਰਾਏ ਤੇ ਲੈਂਦੇ ਨੇ ਉਹਨਾਂ ਵਾਸਤੇ ਮੇਰੇ ਖਿਆਲ ਸਹੀ ਨਹੀਂ ਹੈਗਾ ਕਿਉਂਕਿ ਕਿਰਾਏ ਤੇ ਘਰ ਵੀ ਬਹੁਤ ਮਹਿੰਗੇ ਨੇ ਤੇ ਪਹਿਲੀ ਗੱਲ ਮਿਲਦੇ ਹੀ ਨਹੀਂ ਹਾਂਜੀ ਮੈਂ ਦੇਖੋ ਕਿਰਾਏ ਦੇ ਹੱਕ 'ਚ ਇਸ ਵੇਲੇ ਜ਼ਿਆਦਾ ਨਹੀਂ ਹੈਗਾ ਜੇ ਤਾਂ ਮਜਬੂਰੀ ਹੈ ਅਗਰ ਚਲੋ ਫਿਰ ਤਾਂ ਕੋਈ ਆਪਸ਼ਨ ਨਹੀਂ ਕਿਰਾਏ ਤੇ ਲਓ ਲੇਕਿਨ ਜੱਗੀ ਭਾਜੀ ਕਿਰਾਏ ਦੇ ਘਰ ਲੱਭਣ ਜਾਓ ਤੇ ਕਿਰਾਏ ਦੇ ਘਰ ਹੈ ਹੀ ਨਹੀਂ ਬਿਲਕੁਲ ਜੀ ਹਾਂਜੀ ਕੋਈ ਕਿਰਾਏ ਦਾ ਘਰ ਲੱਭਦਾ ਹੀ ਨਹੀਂ ਪਿਆ ਇਸ ਵੇਲੇ ਕਿਰਾਏ ਦਾ ਵਧੀਆ ਤੁਹਾਨੂੰ ਇਹ ਵਧੀਆ ਵੀ ਭਾਵੇਂ 4 ਪੈਸੇ ਵੱਧਦੇ ਕਿ ਆਪਣਾ ਕਾਰ ਲੈ ਲਓ ਕਿਉਂਕਿ ਤੁਹਾਨੂੰ ਘੱਟ ਵਿਆਜ ਤੇ ਹਾਲੇ ਵੀ ਕਾਰ ਦਾ ਹੈਗਾ ਉਹ ਮਿਲ ਸਕਦਾ ਦੇ ਚਾਂਸ ਹੈਗੇ ਆ ਕੱਲ ਨੂੰ ਜਦੋਂ ਵੱਧ ਗਏ ਰੇਟ ਤੇ ਉਹ ਹਜੇ ਘਰਾਂ ਦੀ ਪ੍ਰਾਈਸ ਬਹੁਤੀ ਜ਼ਿਆਦਾ ਨਾ ਕੱਢਣ ਫਿਰ ਕੰਮ ਹੋਰ ਖਰਾਬ ਹਾਂਜੀ ਜੀ ਅਤੇ ਅਸੀਂ ਸਾਡੇ ਦਰਸ਼ਕਾਂ ਵਾਸਤੇ ਇਹ ਜਾਣਨਾ ਚਾਹੁੰਦੇ ਇੱਕ ਤਾਂ ਜ਼ੈਂਡਰ ਮੌਰਗੇ ਜਿਹੜਾ ਇਹ ਤਾਂ ਕਿਉਂਕਿ ਵੈਸੇ ਆਪਾਂ ਹਰ ਵਾਰੀ ਗੱਲ ਕਰੀਦੀ ਹੈ ਜ਼ਰੂਰੀ ਹੈ ਅਤੇ ਕਿੱਥੇ ਕਿੱਥੇ ਤੱਕ ਤੁਸੀਂ ਸੇਵਾਵਾਂ ਜ਼ੈਂਡਰ ਮੌਰਗੇਜ ਵੱਲੋਂ ਫਾਈਨੈਂਸ ਦੀਆਂ ਮੌਰਗੇਜ ਦੀਆਂ ਅਤੇ ਜਾਂ ਕਿੱਥੇ ਕਿੱਥੋਂ ਤੱਕ ਰੀਅਲ ਅਸਟੇਟ ਦੀਆਂ ਸੇਵਾਵਾਂ ਦੇ ਸਕਦੇ ਹੋ ਇਸ ਤੋਂ ਇਲਾਵਾ ਹੋਰ ਕੀ ਸਰਵਿਸਿਜ਼ ਹੈਗੀਆਂ ਜੀ ਜ਼ੈਂਡਰ ਦੀਆਂ ਹਾਂਜੀ ਸੋ ਜਿਹੜੀ ਜ਼ੈਂਡਰ ਮੌਰਗੇਜ ਕੰਪਨੀ ਹੈਗੀ ਹੈ ਜੀ ਜੇ ਤਾਂ ਅਸੀਂ ਜ਼ੈਂਡਰ ਰੀਅਲ ਸਟੇਟ ਦੀ ਗੱਲ ਕਰੀਏ ਤੇ ਅਸੀਂ ਜਿਹੜਾ ਸਾਡਾ ਰੀਅਲ ਸਟੇਟ ਲਾਇਸੈਂਸ ਹੈਗਾ ਜੀ ਭਾਅ ਜੀ ਉਹ ਸਿਰਫ ਕੈਲੀਫੋਰਨੀਆ ਵਾਸਤੇ ਹੈਗਾ ਕਿਉਂਕਿ ਕੈਲੀਫੋਰਨੀਆ ਸਟੇਟ ਸਾਡੇ ਵਾਸਤੇ ਬਹੁਤ ਵੱਡੀ ਹੈਗੀ ਇਹਨੂੰ ਸਾਹਮਣਾ ਕਰ ਲਓ ਵੀ ਰੀਅਲ ਸਟੇਟ ਦੇ ਵਿੱਚ ਬੜਾ ਇੱਕ ਆਪਣੇ ਆਮ 'ਚ ਆਪ ਰੋਜ਼ ਦਾ ਕੰਮ ਹੈਗਾ ਸੋ ਹਰ ਇੱਕ ਕਿਸੇ ਵੀ ਕਾਉਂਟੀ 'ਚ ਵੀ ਭਾਵੇਂ ਸੈਂਡੀਗੋ ਚਲ ਜਾਓ LA ਚਲ ਜਾਓ ਫ੍ਰੈਸਨੋ ਆ ਜਾਓ ਬੇਕਰਸਫੀਲਡ ਸੈਕਰਮੈਂਟੋ ਕਿਤੇ ਵੀ ਜਿਹੜਾ ਰੀਅਲ ਸਟੇਟ ਦਾ ਕੰਮ ਅਸੀਂ ਥਰੋਡ ਕੈਲੀਫੋਰਨੀਆ 'ਚ ਕਰਨੇ ਹਾਂ ਜੀ ਨਾਲ ਲੋਨਸ ਦਾ ਵੀ ਇੱਥੇ ਕਰਨੇ ਹਾਂ ਪਰ ਜਿਹੜਾ ਲੋਨਸ ਦਾ ਹੋਰ ਕੰਮ ਹੈਗਾ ਉਹ ਅਸੀਂ ਵਾਸ਼ਿੰਗਟਨ ਦੇ ਵਿੱਚ ਕਰਨੇ ਹਾਂ ਜਿਹਦੇ ਵਿੱਚ ਵੀ ਆਪਾਂ ਕਹਿ ਲਓ ਵੀ ਕੈਂਟ ਟਕੋਮਾ ਸੀਐਟਲ ਇਹ ਸਾਰਾ ਏਰੀਆ ਵੀ ਅਸੀਂ ਕਹਿ ਲਓ ਵੀ ਲੋਨਸ ਵਾਸਤੇ ਉੱਥੇ ਵੀ ਕਵਰ ਕਰਨੇ ਹਾਂ ਬਾਕੀ ਜਿਹੜੀ ਗੱਲ ਰਹੀ ਜ਼ੈਂਡਰ ਦੀ ਜ਼ੈਂਡਰ ਗਰੁੱਪ ਦੇ ਵਿੱਚ ਜ਼ੈਂਡਰ ਮੌਰਗੇਜ ਹੈਗੀ ਹੈ ਲੋਨਸ ਦਾ ਕੰਮ ਰੀਅਲ ਸਟੇਟ ਹੈਗੀ ਹੈ ਘਰ ਵੇਚਣ ਖਰੀਦਣ ਦਾ ਕੰਮ ਨਾਲ ਨਾਲ ਜਿਹੜੇ ਕੰਮ ਹੈਗੇ ਜੀ ਭਾਅ ਜੀ ਇੱਕ ਜ਼ੈਂਡਰ ਐਗ ਹੈਗੀ ਜਿਹੜੀ ਕੰਪਨੀ ਜਿਹਦੇ ਵਿੱਚ ਵੀ ਐਗ ਦੇ ਸੋਲਿਊਸ਼ਨਸ ਹੈਗੇ ਜੀ ਕਿਸੇ ਨੇ ਐਗਰੀਕਲਚਰ ਖਾਤਿਆਂ ਦਾ ਕੰਮ ਹਾਂਜੀ ਲੋਨਸ ਕਰਾਉਣੇ ਹੋਣ ਜਾਂ ਰੀਫਾਇਨੈਂਸ ਕਰਾਉਣਾ ਹੋਇਆ ਜਾਂ ਵੇਚਣਾ ਹੋਵੇ ਖਰੀਦਣਾ ਹੋਵੇ ਉਹ ਵੀ ਕੰਮ ਕਰਨੇ ਉਸ ਤੋਂ ਇਲਾਵਾ ਜ਼ੈਂਡਰ ਕਮਰਸ਼ੀਅਲ ਦੇ ਵਿੱਚ ਤੁਸੀਂ ਕਹਿ ਲਓ ਵੀ ਗੈਸ ਸਟੇਸ਼ਨਸ ਹੋਟਲ ਮੋਟਲਸ ਲਿਕਰ ਸਟੋਰ ਸਬਵੇ ਇਹੋ ਜਿਹੀ ਚੀਜ਼ਾਂ ਜੇ ਨੇ ਖਰੀਦਣੀ ਹੈ ਜਾਂ ਵੇਚਣੀ ਹੈ ਜਾਂ ਉਹਨਾਂ ਦੇ ਲੋਨ ਕਰਾਉਣੇ ਆ ਇਹ ਜ਼ੈਂਡਰ ਕਮਰਸ਼ੀਅਲ ਦੇ ਅੰਡਰ ਆ ਜਾਂਦੇ ਆ ਸੋ ਬੇਸਿਕਲੀ ਰੀਅਲ ਸਟੇਟ ਨਾਲ ਜੁੜੀ ਕੋਈ ਵੀ ਸਰਵਿਸ ਭਾਵੇਂ ਉਹ ਘਰਾਂ ਦੀ ਹੋਵੇ ਭਾਵੇਂ ਉਹ ਐਗਰੀਕਲਚਰ ਰਿਲੇਟਡ ਹੋਵੇ ਤੇ ਭਾਵੇਂ ਉਹ ਕਮਰਸ਼ੀਅਲ ਹੋਵੇ ਲੋਨਸ ਰੀਅਲ ਸਟੇਟ ਦੇ ਸਾਰਾ ਕੰਮ ਜਿਹੜਾ ਹੈਗਾ ਇੱਕ ਤੇ ਇਹ ਬਹੁਤ ਵਧੀਆ ਗੱਲ ਹੈ ਜੀ ਦੂਜੀ ਗੱਲ ਇਹ ਤੁਹਾਡਾ ਜਿਵੇਂ ਆਪਾਂ ਦੇਖ ਰਹੇ ਹਾਂ ਆਪਣਾ
2 ਸਾਲ ਤੋਂ ਤਾਂ ਜ਼ਿਆਦਾ ਵਾਹ ਹੈਗਾ, ਅਤੇ 2 ਸਾਲ ਦੇ ਵਿੱਚ ਵੀ ਤੁਹਾਡਾ ਬਹੁਤ ਵੱਡਾ ਫਰਕ ਪਿਆ ਔਫਿਸ ਦੇ ਵਿੱਚ ਵੀ, ਔਫਿਸ ਵੀ ਬਹੁਤ ਵੱਡਾ ਕਰ ਲਿਆ ਨਾਲ ਦੀ ਨਾਲ ਤੁਸੀਂ, ਅਤੇ ਬਹੁਤ ਵਧੀਆ ਕੰਮ ਜਿਹੜਾ ਜ਼ੈਂਡਰ ਦੇ ਅਧੀਨ ਕਰ ਰਹੇ ਨੇ, ਤੁਹਾਡਾ ਸਟਾਫ ਬੜਾ ਵਧੀਆ। ਜਿਹੜੀ ਚੰਗੀ ਗੱਲ ਮੈਂ ਹਮੇਸ਼ਾ ਜ਼ਿਕਰ ਕਰਦਾ ਹੁੰਦਾ, ਬਾਹਰ ਵੀ ਕਿਤੇ ਗੱਲ ਚੱਲੇ ਤਾਂ ਵੀ ਸਟਾਫ ਦੀ ਖਾਸੀਅਤ ਇਹ ਹੈ ਕਿ ਉਹ ਆਪ ਅਪਡੇਟ ਕਰਦੇ ਨੇ, ਜਿਹੜੀ ਵੀ ਕਿਸੇ ਦਾ ਲੋਨ ਆ ਚਾਹੇ ਰੀਫਾਈਨੈਂਸ ਕਰਾਉਣ ਵਾਲੇ ਨੂੰ ਆਪ ਅਪਡੇਟ ਕਰਦੇ ਨੇ, ਤੁਹਾਡਾ ਆਹ ਸਟੇਟਸ ਹੈ, ਇਹ ਹੋ ਜਾਏਗਾ। ਉਹ ਜਿਹੜੀ ਚੀਜ਼ ਬੜੀ ਚੰਗੀ ਗੱਲ ਤੁਸੀਂ ਸਿਖਾਈ ਆਪਣੇ ਸਟਾਫ ਨੂੰ ਜੀ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਜੀ। ਜੀ, ਅਤੇ ਬਹੁਤ ਵਧੀਆ ਜੀ, ਬਹੁਤ ਮਿਹਰਬਾਨੀ ਤੁਹਾਡੀ, ਬਹੁਤ ਵਧੀਆ ਗੱਲਾਂ ਹੋਈਆਂ ਜੀ। ਗਾਂ ਤੋਂ ਫਿਰ ਅਸੀਂ ਤੁਹਾਨੂੰ ਇਸੇ ਤਰ੍ਹਾਂ ਕੋਈ ਨਾ ਕੋਈ ਜਾਣਕਾਰੀ ਲੈਣੀ ਚਾਹਵਾਂਗੇ, ਅਤੇ ਫਿਰ ਇੱਕ ਵਾਰ ਮੈਂ ਤੁਹਾਡਾ ਧੰਨਵਾਦ ਇਸ ਕਰਕੇ ਵੀ ਕਰਨਾ ਚਾਹੁੰਦਾ। ਇੱਕ ਤਾਂ ਚਲੋ ਤੁਸੀਂ ਬਹੁਤ ਜ਼ਿਆਦਾ ਸੋਸ਼ਲ ਵੀ ਹੋ, ਸੋਸ਼ਲ ਕੰਮਾਂ ਦੇ ਉੱਪਰ ਵੀ ਬਹੁਤ ਜ਼ਿਆਦਾ ਤੁਸੀਂ ਆਪਣਾ ਪੈਸਾ ਵੀ ਖਰਚਦੇ ਹੋ, ਟਾਈਮ ਵੀ ਕੱਢਦੇ ਹੋ, ਚਾਹੇ ਸੋਸ਼ਲ ਕੰਮ ਹੋਵੇ, ਚਾਹੇ ਅਸੀਂ ਗੱਲ ਕਰ ਲਈਏ ਸਾਡੇ ਕਲਚਰਲ ਦੀ ਗੱਲ ਕਰ ਲਈਏ, ਚਾਹੇ ਧਾਰਮਿਕ ਦੀ ਗੱਲ ਕਰ ਲਈਏ। ਅਤੇ ਜਿਵੇਂ ਹੁਣ ਤੁਸੀਂ ਸਾਡੇ ਮਿਸ ਐਂਡ ਮਿਸਿਸ ਪੰਜਾਬਣ USA ਜਿਹੜਾ 16 ਅਕਤੂਬਰ ਨੂੰ ਹੋ ਰਿਹਾ, ਇਹਦੇ 'ਚ ਤੁਸੀਂ ਬਹੁਤ ਵੱਡਾ ਯੋਗਦਾਨ, ਤੁਹਾਡਾ ਬਹੁਤ ਵੱਡਾ ਸਹਿਯੋਗ ਹੈਗਾ। ਜਿਹੜੀ ਫਰਿਜਨੋ ਦੇ ਵਿੱਚ ਟਾਵਰ ਥੀਏਟਰ ਦੇ ਵਿੱਚ 30 ਅਕਤੂਬਰ ਨੂੰ ਸਰਤਾਜ ਦੀ ਨਾਈਟ ਹੋ ਰਹੀ ਹੈ, ਉਹਦੇ 'ਚ ਵੀ ਤੁਸੀਂ ਮੇਨ ਸਪੋਂਸਰ ਹੈਗੇ ਹੋ, ਸੋ ਤੁਹਾਡਾ ਇਸ ਪੱਖੋਂ ਬਹੁਤ ਧੰਨਵਾਦ ਕਰਦੇ ਹਾਂ ਜੀ। ਤੁਸੀਂ ਕਲਚਰ ਦੇ ਨਾਲ ਨਾਲ ਹਰ ਕੰਮ ਦਾ, ਸਾਡੀ ਕਮਿਊਨਿਟੀ ਦਾ ਕੰਮ ਜਿਹੜਾ ਉਹ ਤੁਸੀਂ ਉਹਦੇ 'ਚ ਹਿੱਸਾ ਪਾਉਂਦੇ ਹੋ। ਜੱਗੀ ਭਾਅ ਜੀ, ਬਹੁਤ ਬਹੁਤ ਧੰਨਵਾਦ ਤੁਹਾਡੀ, ਕਹਿ ਲਓ ਵੀ ਤੁਹਾਡੇ ਸਾਡੇ ਭੈਣਾਂ ਭਰਾਵਾਂ ਦੇ ਸਹਿਯੋਗ ਦੇ ਨਾਲ ਸਾਡੀ ਕੰਪਨੀ ਵੀ ਗਾਂਹ ਜਾ ਰਹੀ ਹੈ ਜੀ। ਅਸੀਂ ਇਸ ਵਾਸਤੇ ਤੁਹਾਡੇ ਬਹੁਤ ਆਭਾਰੀ ਹਾਂ, ਔਰ ਮੈਂ ਸਮਾਂ ਕੀਮਤੀ ਦੇਖਦੇ ਹੋਏ ਤੁਹਾਡਾ ਅਤੇ ਸਭ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ, ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ ਜੀ। ਮੋਹਨ ਸਿੰਘ ਜੀ, ਚੀਮਾ ਸਾਹਿਬ ਸਾਡੇ ਨਾਲ ਗੱਲਬਾਤ ਕਰ ਰਹੇ ਸੀ, ਬਹੁਤ ਵਧੀਆ ਜਾਣਕਾਰੀ ਉਹਨਾਂ ਨੇ ਸਾਡੇ ਨਾਲ ਸਾਂਝੀ ਕੀਤੀ ਹੈਗੀ ਆ। ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹਨਾਂ ਕੋਲੋਂ ਜਾਣਕਾਰੀ ਇਸ ਤਰ੍ਹਾਂ ਲੈਂਦੇ ਰਹਾਂਗੇ। ਨੰਬਰ 905 ਹੈਗਾ, 905-2575-5509 ਏਰੀਆ ਕੋਡ, 905-2575 ਨਾਲ ਦੀ ਨਾਲ ਕੋਈ ਵੀ ਜਾਣਕਾਰੀ ਚਾਹੀਦੀ ਆ ਤਾਂ ਮੇਰੇ ਕੋਲੋਂ ਵੀ ਇਹਨਾਂ ਦਾ ਫੋਨ ਨੰਬਰ ਲੈ ਸਕਦੇ ਹੋ। ਅਖੀਰ ਦੇ ਵਿੱਚ ਸਾਹਿਬ ਦਾ ਬਹੁਤ ਬਹੁਤ ਧੰਨਵਾਦ, ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।